ਦਸਾਂ ਜੀ ਪੂੰਜੀ ਨੂੰ ਤਿਆਗਦੇ ਹੋਏ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਜਾਗ ਰਾਜੇ ਹਨ ਨਿਰਵਾਣ ਤਾਰ ਪਾਤਸ਼ਾਹ ਜੀਓ ਨਿਰਵਾਣ ਤਾਰ ਪਾਤਸ਼ਾਹ ਜੀਓ ਇਸ ਆਤਮ ਸ਼ਾਂਤੀ ਨੂੰ ਮੁੱਖ ਰੱਖਦਿਆਂ ਹੋਇਆ ਨਿਰਵਾਣ ਤਾਰ ਪਾਤਸ਼ਾਹ ਜੀਓ ਉਹਨਾਂ ਦੇ ਸਪੁੱਤਰ ਸਰਦਾਰ ਦਰਸ਼ਨ ਸਿੰਘ ਜੀ ਢੀਂਡਸਾ ਸਾਹਿਬ ਸਰਦਾਰ ਹਰਪਾਲ ਸਿੰਘ ਜੀ ਢੀਂਡਸਾ ਸਾਹਿਬ ਸਰਦਾਰ ਹਰਕੇਸ਼ ਸਿੰਘ ਜੀ ਢੀਂਡਸਾ ਸਾਹਿਬ ਸਰਦਾਰ ਸਰਬਜੀਤ ਸਿੰਘ ਜੀ ਢੀਂਡਸਾ ਸਾਹਿਬ ਸਰਦਾਰ ਸਨਾਰਾ ਸਿੰਘ ਜੀ ਢੀਂਡਸਾ ਸਾਹਿਬ ਤਥਾ ਢੀਂਡਸਾ ਪਰਿਵਾਰ ਨੇ ਪਰਸੋਤੋ ਨੇਕਾ ਧੁੱਕੀ ਬਾਣੀ ਆਈ ਤ੍ਰਿਸੜੀ ਚਿੰਤਨਕਾਈ ਰੱਗੀ ਬਾਣੀ ਧੁਰਧਰ ਗਾਹ ਪਿੱਛੇ ਪਰਿਵਾਰ ਦੇ ਸਿਰ ਤੇ ਮਿਹਰ ਬਰਿਆਤ ਰੱਖਣਾ ਨਿਰਵਾਣ ਤਾਰ ਪਾਤਸ਼ਾਹ ਜੀ ਸਮੇਂ ਅਨੁਸਾਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰਤੇ ਪਰਿਵਾਰ ਕਰਨੀਆਂ ਆਪਣੇ ਲੋਹ ਲੰਗਰ ਤਪਦੇ ਰੱਖਣੇ ਲੋਹ ਲੰਗਰਾਂ ਵਿੱਚ ਵਰਤਤਾਂ ਪਾਉਣੀਆਂ ਨਿਰਵਾਣ ਤਾਰ ਪਾਤਸ਼ਾਹ ਜੀ ਐਸ ਰਕਤ ਸੇਵਕਾਂ ਵੱਲੋਂ ਆਪ ਜੀਆਂ ਨੂੰ ਸੋਹਣੇ ਸੁੰਦਰ ਪੈਸਾਕੀ ਪਹਿਨ ਆਏ ਗਏ ਹਨ ਆਪ ਅੰਗੀਕਾਰ ਕਰਨੇ ਆਪਣੇ ਦਰਤੇ ਪਰਿਵਾਰ ਕੋਲ ਨਿਰਵਾਣ ਤਾਰ ਪਾਤਸ਼ਾਹ ਜੀ ਉਹ ਜਿਸ ਖਜਾਨੇ ਵਿੱਚੋਂ ਮਾਇਆ ਰਵਾਲੇ ਆਏ ਸੋ ਖਜਾਨੇ ਭਰਪੂਰ ਕਰਨੇ ਕਾਰ ਕੰਟਕ ਦੂਰ ਕਰਨਾ ਨਿਰਵਾਣ ਤਾਰ ਪਾਤਸ਼ਾਹ ਜੀ ਉਹ ਗੁਰਸਿੱਖੀ ਜੀਵਨ ਬਖਸ਼ਣਾ ਨਿਰਵਾਣ ਤਾਰ ਪਾਤਸ਼ਾਹ ਜੀ ਉਹ ਸੇਵਕਾਂ ਵੱਲੋਂ ਦਸਾਂਹਾਂ ਦੀ ਕਿਰਤ ਕਮਾਈਏ ਵਿੱਚੋਂ ਸੁੱਚ ਪਵਿੱਤਰਤਾ ਨਾਲ ਪ੍ਰਾਪਤਿਆਂ ਦੀਆਂ ਦੇਗਾਂ ਹਾਜ਼ਰੀਆਂ ਪ੍ਰਕਾਰ ਭੋਜਨ ਬਹੁ ਕੀਏ ਬਹੁ ਗਿੰਨੀ ਨਿਮਿਸ਼ਚਾਏ ਕਰੀ ਪਾਕ ਸੋਚ ਪਵਿੱਤਰਾ ਹੋ ਨਾਮੋ ਭੋਗਰ ਰਾਏ ਇੱਧਰ ਆਇਆ ਪ੍ਰਸ਼ਾਦ ਪ੍ਰਵਾਨ ਕਰੋ ਐਸੇ ਜੇ ਜੀ ਕੀ ਅਰਦਾਸ ਆਪ ਜੀ ਕੀ ਤਰਣਾ ਕਮਲਾ ਪਾਸ ਅੱਖਰ ਵਾਧਾ ਘਾਟਾ ਭੁਜ ਕਮਾਪ ਕਰਨਾ ਸ੍ਰੀ ਗੁਰੂ ਨਾਨਕ ਨਾਮ ਸੁਨੇਸ ਪਿਤਾ ਚੜ੍ਹਦੀ ਹੋਏ ਕਲਾ ਤੇਰੇ ਭਾਣੇ ਸਰਬੋਤ ਵਾਹਿਗੁਰੂ ਜੀ ਕਾ ਖਾਲਸਾ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੋ ਨਾਨਕ ਦੇ ਘਰ ਹੱਥ ਨਾਨਕ ਨਾਮ ਤੇ ਆਇਆ ਆਦਿ ਪੁਰਖੇ ਸਿਰ ਨੂੰ ਤੁਹਾਡੇ 5-7 ਮਿੰਟ ਹੀ ਲੈਣੇ ਨੇ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਸੰਗਤ ਬੈਠੀ ਹੈ। ਅੱਜ ਆਪਾਂ ਸਾਰੇ ਹੀ ਸਾਡੇ ਸਤਿਕਾਰਯੋਗ ਸਰਦਾਰ ਸਾਧੂ ਸਿੰਘ ਜੀ ਢੀਂਡਸਾ ਸਾਹਿਬ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋ ਕੇ ਆਪਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਹਾਂ। ਇਹਨਾਂ ਨੇ ਦਸਵੰਧਗੜ੍ਹ ਦੇ ਵੱਲ ਸਹਾਇਤਾ ਭੇਜੀ ਹੈ। ਮੈਂ ਸਾਰੇ ਹੀ ਅਦਾਰਿਆਂ ਦੇ ਪ੍ਰਬੰਧਕਾਂ ਵੱਲੋਂ ਇਹਨਾਂ ਦਾ ਕੋਟਾਰ ਕੋਟ ਧੰਨਵਾਦ ਕਰਦਾ ਕਿ ਇਹਨਾਂ ਨੇ ਆਪਣੀ ਦਸਾਂ ਨਾਲ ਦੀ ਕਿਰਤ ਤਬਾਹੀ ਸਬਰੀ ਕੀਤੀ ਹੈ। ਸੋ ਅਖੀਰ ਦੇ ਵਿੱਚ ਫਿਰ ਸਮੁੱਚੀਆਂ ਆਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਕੋਟਾਰ ਕੋਟ ਧੰਨਵਾਦ। ਪਰਿਵਾਰ ਵੱਲੋਂ ਆਪਣੇ ਜੋ ਨੇੜੇ ਡੇਰਾ ਚੜ੍ਹਦੀ ਕਲਾ ਹੈ ਉੱਥੋਂ ਦੇ ਮਹਾਂਪੁਰਸ਼ ਆਏ ਨੇ ਔਰ ਸ਼ਾਇਦ ਫਰਵਾਹੀ ਤੋਂ ਵੀ ਮਹਾਂਪੁਰਸ਼ ਆਏ ਹੋਣਗੇ। ਉਹਨਾਂ ਦਾ ਇਹਨਾਂ ਨੇ ਸਤਿਕਾਰ ਵਜੋਂ ਸਨਮਾਨ ਕਰਨਾ। ਮੈਂ ਮਾਸਟਰ ਨੂੰ ਬੇਨਤੀ ਕਰੂੰ ਕਿ ਉਹ ਮਹਾਂਪੁਰਸ਼ਾਂ ਦਾ ਸਨਮਾਨ ਕਰ ਆਪਣੀ ਭਗਤ ਸੇ
Oh,
बच्चे ते जन्म दा ते पता तां बच्चे दे मां बाप नूं नहीं है, आपको सतनाम सही नहीं बोलना। ਆਪਾਂ ਤੇ ਉਹ ਮਿਸਲੇ ਵੀ ਜਦੋਂ ਜੱਗ ਵਿੱਚ ਆਏ ਉਹ ਜਾਣਦਾ ਥੋੜ੍ਹਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਨੇ ਤੇਰਾ ਜਨਮ ਕਿਹੜਾ ਹੈ, ਇਹ ਸਰੀਰ ਆ ਮੇਰੇ ਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ। ਤੋ ਸਤਨਾਮ ਸਿੰਘ ਪਹਿਲਾਂ ਜੋਤ ਰੱਖੀ, ਪਹਿਲੇ ਹੀ ਜਾਗੇ ਥੋੜ੍ਹਾ ਆ ਗਿਆ, ਫਿਰ ਆਇਆ ਇਹ ਸਰੀਰ ਮੇਰੇ ਆ, ਹਰ ਤੁਮ ਮੈਂ ਜੋਤ ਰੱਖੀ। ਜਿੰਨੀ ਦੇਰ ਉਹ ਮਾਲਕ ਜੋਤ ਨਹੀਂ ਨਾ ਟਕਾਉਂਦਾ ਮਾਂ ਦੇ ਗਰਭ ਵਿੱਚ, ਤੇ ਕਈ ਵਾਰੀ ਏਦਾਂ ਵੀ ਹੋ ਜਾਂਦਾ ਡਾਕਟਰ ਕਹਿੰਦੇ ਨੇ ਮਰਿਆ ਬੱਚਾ ਪੈਦਾ ਹੋਇਆ, ਤੋ ਸਤਨਾਮ ਸੀ ਬੱਚਾ ਮਰਿਆ ਸੀ ਭਾਵੇਂ ਜੋਤ ਨਹੀਂ ਕੀਤੀ। ਇਹ ਸਰੀਰ ਮੇਰੇ ਆ, ਹਰ ਤੁਮ ਮੈਂ ਜੋਤ ਰੱਖੀ ਤਾਂ ਉਹ ਜੱਗ ਮੈਂ ਆਇਆ। ਹਰ ਜੋਤ ਰੱਖੀ ਦੁੱਧ ਵਿੱਚ ਤਾਂ ਤੂੰ ਜੱਗ ਮੈਂ ਆਇਆ। ਪਹਿਲਾਂ ਮਾਤਾ ਪਿਤਾ ਤਾਂ ਮਾਲਕ ਹੈ, ਵਾਹਿਗੁਰੂ ਪਰਮੇਸ਼ਰ ਹਰ ਆਪੇ ਮਾਤਾ ਆਪੇ ਪਿਤਾ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪਿਤ ਪਾਲ ਹੋਏ। ਮੇਰਾ ਮਾਤ ਪਿਤਾ ਹਰ ਰਾਜਾ ਇੱਥੇ ਦੁਨੀਆਂ ਦੇ ਤਲ ਦੇ ਉੱਪਰ ਜਿਹੜੀ ਆਪਾਂ ਮਾਤਾ ਪਿਤਾ ਇੱਕ ਇੱਕ ਡਿਊਟੀ ਨਿਭਾ ਰਿਹਾ ਮਾਲਕ ਜੀ ਦਿੱਤੀ ਹੋਈ, ਪਿਤਾ ਡਿਊਟੀ ਨਿਭਾ ਰਹੇ ਉਹ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ, ਸਭ ਦੀਆਂ ਡਿਊਟੀਆਂ ਲੱਗੀਆਂ। ਕਈ ਐਸੇ ਪਰਿਵਾਰ ਵੀ ਕੰਮ ਇੱਕ ਵਿਅਕਤੀ ਕਰ ਰਹੇ ਹੈ, ਸਾਰਾ ਪਰਿਵਾਰ ਕਰ ਰਹੇ ਛੱਡ ਰਹੇ, ਘਾਲਣਾ ਇੱਕ ਘਾਲ ਰਹੇ। ਇਹਦੇ ਵਿਧ ਬਣਾਈ ਹੈ ਮਾਲਕ ਨੇ, ਅਸਲੀ ਮਾਤਾ ਪਿਤਾ ਦਾ ਉਹ ਮਾਲਕ ਹੈ, ਉਹ ਮਾਲਕ ਹੈ। ਗੁਰਮਤ ਪਿਆਰਿਓ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਆ ਨੇਤਰਾਂ ਦਾ ਕੀ ਕੰਮ ਹੈ, ਜਿਹੜਾ ਕਾਰਜ ਹੈ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਮਨ ਅਵਰ ਨਾ ਦੇਖੋ ਕੋਈ। ਕੰਨਾਂ ਦਾ ਕੀ ਕੰਮ ਹੈ, ਸਰਵਣ ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਪਠਾਏ ਕਹਿੰਦੇ ਹੈ ਫਿੱਟ ਕਰਕੇ ਲਾ ਦੇ ਫਿੱਟ, ਇਹ ਮੇਰਿਓ ਕੰਨੋ ਤੁਹਾਨੂੰ ਸਰੀਰ ਨਾਲ ਤਾਂ ਲਾਇਆ ਕਿ ਸੱਚ ਸੁਣੋ, ਅਰਥ ਸਤਨਾਮ ਸ੍ਰੀ ਗੁਰੂ ਸੱਚ ਸੁਣੋ। ਦੱਸ ਰਹੇ ਨੇ ਧੰਨ ਗੁਰੂ ਅਮਰਦਾਸ ਜੀ ਇਕੱਲੇ ਇਕੱਲੇ ਵਰਣਨ, ਅੱਖਾਂ ਦਾ ਕੀ ਵਰਣਨ ਹੈ, ਕੰਨਾਂ ਦਾ ਕੀ, ਰਸਨਾ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ। ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਮੌਤ ਇਕੱਲੇ ਸਰੀਰ ਦਾ ਬੈਂਸ ਜਾਣੀ ਮੌਤ ਨਹੀਂ ਹੁੰਦੀ, ਬਾਪੂ ਜੀ ਚਲੇ ਗਏ ਤੇ ਤੁਸੀਂ ਆ ਜਾ ਉਹਨਾਂ ਵਿਸ਼ਵਾਸਾਂ ਦੀ ਪੂਰੀ ਕੋਸ਼ਿਸ਼ ਬਜ਼ੁਰਗ ਚਲੇ ਗਏ। ਇੱਥੇ ਸਰੀਰਕ ਮੌਤ ਹੈ, ਸਰੀਰ ਸਰੀਰ ਨੇ ਬੈਂਸ ਜਾਣਾ, ਕਿਉਂ ਕਿਉਂਕਿ ਜੋ ਪੈਦਾ ਹੋਏ ਤੇ ਉਹ ਇੱਕ ਦਿਨ ਖਤਮ ਹੋਣਾ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਹੈ। ਧਰਤੀ ਆਕਾਸ਼ ਮੰਡਲ ਖੰਡ ਬ੍ਰਹਿਮੰਡ ਸੂਰਜ ਚੰਦਰਮਾ ਇਹ ਇੱਕ ਵਾਰੀ ਥੋੜ੍ਹਾ ਬਣੇ, ਬਣਦੇ ਆ ਬਿਨਸਦੇ ਆ ਖਤਮ ਹੋ ਜਾਂਦੇ ਨੇ ਬਿਨਸਦੇ। ਸਾਇੰਸ ਵੀ ਹੁਣ ਤਾਂ ਇਹ ਕਹਿੰਦੀ ਹੈ, ਮੈਡੀਕਲ ਸਾਇੰਸ
ਸਤਿਗੁਰਾਂ ਨੇ ਇੱਥੇ ਗੁਰਬਾਣੀ ਵਿੱਚ ਸੈਂਕੜੇ ਸਾਲ ਪਹਿਲਾਂ ਬਖਸ਼ਿਸ਼ ਕਰ ਦਿੱਤੀ। ਹੁਣ ਸਾਈ ਸ੍ਰੀ ਕਹਿੰਦੇ ਨੇ, ਸਾਈ ਸੀ ਕਹਿੰਦੀ ਹੈ ਆ ਧਰਤੀ ਕਿਵੇਂ ਬਣੀ, ਕਿਵੇਂ ਬਣੀ। ਹੁਣ ਸਾਇੰਸ ਵਾਲੇ ਕਹਿੰਦੇ ਨੇ, ਨਾਸਾ ਵਾਲੇ ਕਹਿੰਦੇ ਇਹ ਧਰਤੀ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਇੱਥੇ ਹਨੇਰੇ ਦੇ ਗੈਸਾਂ ਸੀਆਂ, ਗੈਸ, ਔਰ ਉਹਨਾਂ ਗੈਸਾਂ ਵਿੱਚ ਇੱਕ ਬਲਾਸਟ ਹੋਇਆ, ਉਹ ਗੈਸਾਂ ਫਟੀਆਂ, ਉੱਥੋਂ ਅਲੱਗ ਅਲੱਗ ਪ੍ਰਿਥਵੀਆਂ ਦੀ ਰਚਨਾ ਹੋ ਗਈ, ਖੰਡ ਬ੍ਰਹਿਮੰਡਾਂ ਦੀ ਰਚਨਾ ਹੋ ਗਈ। ਫਿਰ ਉਹ ਲੱਖਾਂ ਸਾਲ ਦੇ ਵਿੱਚ ਠੰਡੀਆਂ ਹੋਈਆਂ, ਕੋਈ ਕਿਸੇ ਗ੍ਰਹਿ ਦਾ ਰੂਪ ਬਣ ਗਿਆ, ਕੋਈ ਚੰਦਰਮਾ ਬਣ ਗਿਆ, ਕੋਈ ਸੂਰਜ ਹੈ, ਧਰਤੀ ਹੈ। ਗਗਨਾ ਹੁਕਮ ਅਪਾਰਾ, ਨਾ ਦਿਨ ਨਾ ਰਹਿਣ ਨਾ ਚੰਦ ਨਾ ਸੂਰਜ। ਸਾਇੰਸ ਕਹਿੰਦੀ ਹੈ ਕੁਝ ਵੀ ਨਹੀਂ ਸੀ, ਸਤਿਗੁਰੂ ਕਹਿੰਦੇ ਨਾ ਦਿਨ ਸੀ ਨਾ ਰਾਤ ਸੀ ਨਾ ਚੰਦਰਮਾ ਸੀ ਨਾ ਸੂਰਜ ਸੀ। ਅਰਬਦ ਨਰਬਦ ਤੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਨਾ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏਗਾ। ਉਦੋਂ ਮਾਲਕ, ਉਦੋਂ ਵਾਹਿਗੁਰੂ, ਉਦੋਂ ਪਰਮੇਸ਼ਰ ਸੁਨ ਦੀ ਅਵਸਥਾ ਵਿੱਚ ਸੀ ਆਖੋ ਸਤਨਾਮ ਸਿੰਘ। ਸੁਖਮਨੀ ਸਾਹਿਬ ਜਦੋਂ ਪੜ੍ਹਦੇ ਹਾਂ ਤਾਂ ਕਹਿੰਦੇ ਨੇ ਸਤਿਗੁਰੂ ਕਈ ਵਾਰ ਪਸਰਿਓ ਪਸਾਰਾ, ਇੱਕ ਵਾਰ ਥੋੜ੍ਹਾ ਹੋਏ। ਹੁਣ ਸਾਇੰਸ ਵੀ ਕਹਿੰਦੀ ਹੈ ਇਹ ਲੱਖਾਂ ਕਰੋੜਾਂ ਸਾਲ ਬਾਅਦ ਕਦੇ ਬਣ ਜਾਂਦਾ, ਕਦੇ ਢਹਿ ਜਾਂਦਾ। ਆਪਾਂ ਜੀਵ ਜੀਵ ਕਿਹੜੇ ਆ? ਦਰਿਆ। ਇੱਕ ਸਾਇੰਸ ਕਹਿੰਦੀ ਹੈ ਧਮਾਕਾ ਹੋਇਆ ਆਵਾਜ਼ ਆਈ, ਸਤਿਗੁਰੂ ਸਤਿਗੁਰੂ ਜੀ ਕਹਿੰਦੇ ਕੀਤਾ ਪਵਾਓ ਤੇ ਕੀਤਾ ਪਵਾਓ। ਸਤਿਗੁਰੂ ਜੀ ਬਖਸ਼ਿਸ਼ ਕਰਨ ਔਰ ਸਾਡੀ ਕਿਰਤ ਦੇ ਵਿੱਚ ਧਰਮ ਆ ਗਿਆ। ਆਪਾਂ ਕਹਿੰਦੇ ਨੇ ਵੀ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਪਰ ਕਿਹੜੀ ਕਿਰਤ? ਗੁਰਬਾਣੀ 'ਚ ਕਿਤੇ ਵੀ ਲਿਖਿਆ ਕਿਰਤ ਕਰੋ, ਚਰਨਾਂ ਵਿੱਚ ਅਰਦਾਸ ਕਰੋ। ਅਨੰਦੇ ਕੋ ਅੰਕਾਰ ਸਤਿਗੁਰ ਪ੍ਰਸਾਦ,
ਜਿਹੜਾ ਚੇਤਾ ਬਣ ਗਿਆ ਗੁਰਮੁਖ ਪਿਆਰੀ ਕਹਿ ਰਹੇ ਸੀ, ਕਹਿੰਦੇ ਜੀ ਆਨੰਦ ਸਾਹਿਬ ਦਾ ਜਿਹੜਾ ਕੀਰਤਨ ਹੈ ਗੁਰੂ ਸਾਹਿਬ ਨੇ ਰਾਮਕਨੀ ਰਾਗ ਵਿੱਚ ਉਚਾਰਨਾ ਹੀ ਹੈ। ਇਹਨੂੰ ਕਹਿਣ ਲੱਗੇ ਕਹਿੰਦੇ ਜੀ ਰਾਮਕਨੀ ਰਾਗ ਵਿੱਚ ਹੀ ਸੁਣਾ ਦਿਓਗੇ? ਆਓ ਆਪਾਂ ਜੀ ਰਾਮਕਨੀ ਰਾਗ ਦੇ ਵਿੱਚ ਹੀ ਕਹਿਣ ਦੀ ਕੋਸ਼ਿਸ਼ ਕਰੀਏ ਸਤਿਗੁਰੂ ਜੀ। Thank you.
ਨਾਨਕ ਪਾਰਿਆ ਤਾਰ ਮੱਥੀ
ਕੀ ਕਦਨਾ ਹੋਵੇ ਜਿਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਦਾਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਰ ਜੀਓ ਨਿਮਾਣਿਆਂ ਦੇ ਮਾਨ ਸਤਿਗੁਰੋ ਨਤਾਣਿਆਂ ਦੇ ਤਾਨ ਸਤਿਗੁਰੋ ਨਿਉਟਿਆਂ ਦੀ ਓਰ ਸਤਿਗੁਰੂ ਮਿਹਰਬਾਨ ਤਾਰ ਪਾਤਸ਼ਾਹ ਜੀ ਉਹ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸਾਂ ਬੇਨਤੀਆਂ ਯੋਜਨੀਆਂ ਹਨ ਆਪ ਜੀ ਦੇ ਦਰਘੱਗੇ ਪ੍ਰੇਮੀ ਚਰਨੋ ਕਮਲਾਂ ਦੇ ਪੀਤ ਵਾਨ ਤਿਰ ਕਮਲਾਂ ਦੇ ਸ਼ਰਧਾਲੂ ਸੇਵਕ ਆਪ ਜੀਆਂ ਦੀ ਸਰਨ ਵਿਚਾਰ ਕੇ ਮਿਹਰਬਾਨ ਤਾਰ ਪਾਤਸ਼ਾਹ ਜੀ ਉਹ ਜਿਹਾ ਜੀ ਲਿਖਿਆ ਤੇਵੇ ਹੁਕਮ ਨਾਏ ਘੱਲੇ ਆਵੇ ਨਾਨਕਾ ਸਦੀ ਉੱਠੀ ਜਾਏ ਮਹਾਂਪਾਤ ਅਨੁਸਾਰ ਮਿਹਰਬਾਨ ਤਾਰ ਪਾਤਸ਼ਾਹ ਜੀ ਉਹ ਸਰਦਾਰ ਸਾਧੂ ਸਿੰਘ ਜੀ ਸੰਸਾਰਕ ਸਵਸਾਂ ਦੀ ਪੂੰਜੀ ਨੂੰ ਤਿਆਗਦੇ ਹੋਏ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਜਾਗ ਰਾਜੇ ਹਨ ਨਿਰਵਾਨ ਤਾਰ ਪਾਤਸ਼ਾਹ ਜੀਓ ਨਿਰਵਾਨ ਤਾਰ ਪਾਤਸ਼ਾਹ ਜੀਓ ਇਸ ਆਤਮ ਸ਼ਾਂਤੀ ਨੂੰ ਮੁੱਖ ਰੱਖਦਿਆਂ ਹੋਇਆ ਨਿਰਵਾਨ ਤਾਰ ਪਾਤਸ਼ਾਹ ਜੀਓ ਉਹਨਾਂ ਦੇ ਸਪੁੱਤਰ ਸਰਦਾਰ ਦਰਸ਼ਨ ਸਿੰਘ ਜੀ ਢੀਂਸਾ ਸਾਹਿਬ ਸਰਦਾਰ ਹਰਪਾਲ ਸਿੰਘ ਜੀ ਢੀਂਸਾ ਸਾਹਿਬ ਸਰਦਾਰ ਹਰਕੇਸ਼ ਸਿੰਘ ਜੀ ਢੀਂਸਾ ਸਾਹਿਬ ਸਰਦਾਰ ਸਰਬਜੀਤ ਸਿੰਘ ਜੀ ਢੀਂਸਾ ਸਾਹਿਬ ਸਰਦਾਰ ਸੁਨਹਿਰਾ ਸਿੰਘ ਜੀ ਢੀਂਸਾ ਸਾਹਿਬ ਤਥਾ ਢੀਂਸਾ ਪਰਿਵਾਰ ਨੇ ਪਰਸੋ ਤੋਂ ਲੇਕਾ ਧੁੱਕੀ ਬਾਣੀ ਆਈ ਤੇ ਸਗਲੀ ਚਿੰਤਨ ਟਾਈ ਰੱਬੀ ਬਾਣੀ ਧੁਰਦਰ ਗਾਹ ਭਿਜਰੀ ਬਾਣੀ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਨਿਰਮਾਨ ਤਾਰ ਪਾਤਸ਼ਾਹ ਜੀ ਇਸ ਵਕਤ ਆਪ ਜੀਆਂ ਦੀ ਬੜੀ ਮਹਾਨ ਕਿਰਪਾ ਹੋਈ ਹੈ ਮਹਾਂ ਕਿਰਪਾ ਦੇ ਅਨੁਸਾਰ ਮਹਾਂ ਕਿਰਪਾ ਦਾ ਸਦਕਾ ਨਿਰਮਾਨ ਤਾਰ ਪਾਤਸ਼ਾਹ ਜੀ ਉਹ ਕਰਜੁਗ ਮੈਂ ਕੀਰਤਨ ਪ੍ਰਧਾਨਾ ਗੁਰੂ ਕਜਪੀਆ ਲਾਏ ਤੇ ਆਨਾ ਰਾਗੀ ਸਿੰਘਾਂ ਕੋਲੋਂ ਗੁਰਬਾਣੀ ਵਿਚਾਰਾਂ ਕਰਦਿਆਂ ਕੋਲੋਂ ਪਾਠ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਤ੍ਰਿਪੁਟੀਆਂ ਰਿਗਣ ਆਪ ਜੀ ਦੇ ਅਣਜਾਣ ਬੱਚੇ ਸਾਂਝ ਕੇ ਗਲਤੀਆਂ ਭੁੱਲਾਂ ਚੁੱਕਾਂ ਗਾਉਣ ਧੰਨਵਾਦ ਤਣੀਆਂ ਅੱਗੇ ਵਾਸਤੇ ਸੁਖ ਸਪਸ਼ਟ ਬਾਣੀ ਪੜ੍ਹਨ ਸੁਣਦੇ ਸੇਵਾ ਕਰਨ ਦੀ ਸਮਰੱਥਾ ਲਕਸ਼ਮੀ ਨਿਰਮਾਨ ਤਾਰ ਪਾਤਸ਼ਾਹ ਜੀ ਉਹ ਸਰਦਾਰ ਸਾਧੂ ਸਿੰਘ ਜੀ ਦੀ ਆਤਮਾ ਦਾ ਮੋਸ਼ ਕਰਨਾ ਕਲਿਆਣ ਕਰਨਾ ਸਤਿਗਤੀ ਕਰਨੀ ਪਿੱਛੇ ਪਰਿਵਾਰ ਦੇ ਸਿਰ ਤੇ ਮਿਹਰ ਬਰਿਆਤ ਰੱਖਣਾ ਨਿਰਮਾਨ ਤਾਰ ਪਾਤਸ਼ਾਹ ਜੀ ਸਮੇਂ ਅਨੁਸਾਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਗੁਰਤੇ ਪ੍ਰਵਾਨ ਕਰਨੀਆਂ ਆਪਣੇ ਲੋਹ ਲੰਗਰ ਤਪਦੇ ਰੱਖਣੇ ਲੋਹ ਲੰਗਰਾਂ ਵਿੱਚ ਵਰਤਾਂ ਪਾਉਣੀਆਂ ਨਿਰਮਾਨ ਤਾਰ ਪਾਤਸ਼ਾਹ ਜੀ ਐਸ ਵਕਤ ਸਿੱਖਾਂ ਵੱਲੋਂ ਆਪ ਦੀਆਂ ਨੂੰ ਸੋਹਣੇ ਸੁੰਦਰ ਪੈਸਾਕੇ ਪਹਿਨ ਆਏ ਗਏ ਹਨ ਆਪ ਅੰਗੀਕਾਰ ਕਰਨੇ ਆਪਣੇ ਦੁਰਤੇ ਪਰਿਵਾਰ ਕੋਲੋਂ ਨਿਰਵਾਨ ਤਾਰ ਪਾਤਸ਼ਾਹ ਜੀ ਉਹ ਜਿਸ ਖਜ਼ਾਨੇ ਵਿੱਚੋਂ ਮਾਇਆ ਰਵਾਲੇ ਆਏ ਸੋ ਖਜ਼ਾਨੇ ਭਰਪੂਰ ਕਰਨੇ ਕਾਰ ਕੰਟਕ ਦੂਰ ਕਰਨਾ ਨਿਰਵਾਨ ਤਾਰ ਪਾਤਸ਼ਾਹ ਜੀ ਉਹ ਗੁਰਸਿੱਖੀ ਜੀਵਨ ਬਖਸ਼ਣਾ ਨਿਰਵਾਨ ਤਾਰ ਪਾਤਸ਼ਾਹ ਜੀ ਉਹ ਸੇਵਕਾਂ ਵੱਲੋਂ ਦਸਾਂਹਾਂ ਦੀ ਕਿਰਤ ਕਮਾਈ ਵਿੱਚੋਂ ਸੁਚ ਪਵਿੱਤਰਤਾ ਨਾਲ ਪ੍ਰਾਪਤ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰੀਆਂ ਪ੍ਰਕਾਰ ਭੋਜਨ ਬਹੁ ਕੀਏ ਬਹੁ ਗੁਣ ਨਿਮਿਸ਼ਚਾਏ ਕਰੀ ਪਾਕ ਸੋਚ ਪਵਿੱਤਰਾ ਹੋ ਲਾਵੋ ਭੋਗਰ ਆਏ ਇੱਧਰ ਆਇਆ ਪ੍ਰਸ਼ਾਦ ਪ੍ਰਵਾਨ ਕਰੋ ਐਸ ਵੇਲੇ ਜੀ ਕੀ ਅਰਦਾਸ ਆਪ ਜੀ ਕੀ ਤਰਣਾ ਕਮਲਾ ਪਾਸ ਅੱਖਰ ਵਾਧਾ ਘਾਟਾ ਭੁਜ ਕਮਾਪ ਕਰਨਾ ਸ੍ਰੀ ਗੁਰੂ ਨਾਨਕ ਨਾਮ ਸੁਨੇਸ਼ ਪਿਤਾ ਚੜ੍ਹਦੀ ਹੋਏ ਕਲਾ ਤੇਰੇ ਭਾਣੇ ਸਰਬੋਤ ਵਾਹਿਗੁਰੂ ਜੀ ਕਾ ਖਾਲਸਾ ਦੋਹਰਾਇਆ ਕਾ ਭਈਆ ਕਾਲ ਕੀ ਕਹੀ ਚਲਾਇਓ ਸਭ ਸਿੱਖਣ ਕੋ ਹੁਕਮ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਤੋਂ ਮਿਲ ਵੋਚਨ ਹੈ ਰਾਜ ਕਰੀਗਾ ਖਾਲਸਾ ਯਾਰ ਕੀ ਰਹੇ ਪਰ ਹੋਏ ਸਭ ਮਿਲੇਂਗੇ ਬਚੇ ਸੰਜੋ ਵਾਹਿਗੁਰੂ ਨਾਨਕ ਜਹਾਜ ਹੈ ਜੜੇ ਸੋ ਤਰੇ ਜੋ ਸਰਤਾ ਕਰ ਸੇਮ ਦੇ ਗੁਰ ਪਾਰੇ ਜੋ ਸਰਤਾ ਕਰ ਸੇਮ ਦੇ ਗੁਰ ਪਾਰੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੰਡੌਤ ਵੰਦਨ ਅੰਤ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੋ ਨਾਨਕ ਦੇ ਘਰ ਹੱਥ ਸੰਤ
जना मिल संगति गुरमुख तीर्थ होए अठ छठ तीर्थ मंजना गुरदर्श प्राप्त होए दर्शन प्यासी जन सोहरा चित पावन तन रीत खोर्त पट गुर मेलिया नानक हर संग मीत वाहिगुरु जी सोरठे महला पंजवा घर तीजा दो पदे इको अंतार सतगुर प्रसाद रामदास सरोवर नते सब उतरे पाप कमाते निर्मल होए करे शनन्ना गुरपुरा निर्मल होए करिशनन्ना गुरपुरे कीने दन्ना सब कुशल खेम प्रवतारे सही सलाम ते सब तो त्योवारे गुर का शब्द विचारे साध संग मल जाती पार ब्रह्म पेयो साथी नानक नाम ते आया आद पुरख प्रभ पाया नानक नाम ते आया आद पुरख प्रभ पाया वाहिगुरु जी का खालसा श्री वाहिगुरु जी की फतेह। गुरु जी का खालसा वाहिगुरु जी की फतेह। सिर्फ तुहाडे पांच सात मिनट ही लैने ने क्योंकि बहुत लंबे समय तो संगत बैठी है। अज आप सारे ही साढ़े सरकार योग सरकार साधु सिंह जी ईसा साहब उन्होंने अंतम अरदास शामिल हो के आप परिवार के नाल दुख साझा करने वास्ते आए हाँ। सरदार साधु सिंह जी बहुत लंबी उम्र भोग के गए ने, बड़ा ही बढ़िया सुखदायक जीवन उन्होंने बतीत किया है। मैं थोड़ा जा पिछे जाना चाहना, उन्होंने चाचे ताए के परिवार विचों ये तीन चार राणे सन। इन्होंने हिस्से की अपनी जमीन जो इन्होंने पिता पुरखी आँदी सी पिंड उसनू बेच के अज तो बहुत लंबा समा पहला इन्होंने एक सियाणप वरती या जिते आप बैठे जमीन लैनी शुरू कर दी। वो परिवार कम वाला से कम करने वाला परिवार होने कारण मेहनत की बहुत बड़ी जदोजहद की। जिते आप बैठे आ जगह कि उची है ये आले दुआले तीन तीन चार चार फुट के उबड़ खाबड़ टोए टे सन। भाई दर्शन सिंह जी के भरा भाई पाल सिंह जी ट्रैक्टर की मोटर वर्कशाप का काम कारण बड़ी लिहाज से बहुत आले दुआले इन्हों का माण से इन्होंने सारी जमीन कदर करके इतने बहुत ही बढ़िया जमीन इन्होंने बनाई। सारे परिवार के गुजारे जोगी जमीन इतने इन्होंने इकट्ठी कर ली। सो कहने का भाव कि जिहड़ियां गल्लां आपां बहुत लंबे समय बाद सोचियां ने कि आपां जमीन का एक तक होना चाहिए सारी कह रहे पर कर कोई भी नहीं सकता। ये सरदार साधु सिंह जी की सोच से कि जे इन्हां ने बहुत लंबा समा पहला ये विचार करके इतने अपनी जमीन इकट्ठी की। मैं जिते ये कहना कि वो बड़ी भरपूर सुखा भरी जिंदगी बतीत करके गए ने
मैं नाल ये भी कहूँगा कि उन्होंने मौत बड़ी सुखदाई हुई। आप सारे रिश्तेदार को गल्लां कीतियां होणियां ने, आप भी कर दिया बी वो फिजिकली फिट से बड़े वधिया सी, अजे होर बैठे रहते 5-7 साल बैठे ही रहने। कोई 100 साल का होके मरदा, कोई 90 साल का होके मरदा, कोई उदू पहला चले जाते हैं, पर थोड़ा जा फर्क है। जो कोई अधरंग का या कोई ब्रेन हैमरेज का दौरा पै जाए आप उदो उस बचा लें, पर उदू बाद सारू बड़ी अख्याई होंगी है ना। मरीज सामभ्या जाता है, मरीज न किन्ने सामभ लो, कहूँ मैनू कोई सामभदा नहीं। मैं इस पक्षों कहूँगा कि सरदार साधु सिंह जी बड़े भागा वाले सन, क्योंकि वह सतगुरों की बाणी का जाप भी करते रहते सन। उन्होंने जी मौत है बहुत ही वधिया ढंग के नाल, जिन्हों कुदरती मौत कह रहे वो हुई है। उस कमरे के पैसे CCTV कैमरा लग्या होया, भाई दर्शन सिंह जी के माता जी कोल बैठे से। वैसे जिम्मे आप कहने कि मेरे इतों हथ पैर जो दुखद है, फिर मेरे पैर से जिस तरह जान नहीं होंगी, तो थोड़े समय बाद इस तरह कह के मेरे इतने दर्द होंगे। इन्हों की माता जी कोल बैठा से, उन्होंने उन्होंने दबण कुटन की कोशिश की। जो इस तरह लग्या कि खेड खराब होंगी जा रही है, तो इन्होंने माता जी जेडे नेड़े, क्योंकि ता भी 5-7 मिनट लगते हैं, भाई पाल सिंह के घर, भाई हरजीत सिंह के घर इन्हों माता जी गए कि भाई कुड़ियो आ जाओ, थोड़े बापू जी को तो पता नहीं की हो गया। सो साध संत कहने का मतलब कि सिर्फ 8-10 मिनटों के बीच ही, क्योंकि मैं अफसोस से आया से, इन्होंने दसिया कि असी CCTV कैमरा देखा कि 8-10 मिनट के बीच ही ये जी चमत्कार हो गया। सो मैं कहूँ जो भागा वाले से जिन्होंने के मौत भी बढ़िया बढ़िया आई है, सो उन्हों का बहुत बड़ा परिवार है, वो बहुत वड्डी भरी फुलवाड़ी छड़ के गए ने। पांच उन्हां दे पुत्र, पांच पोते, पांच पोतियां, उन्हां दा सहुरे परिवार भी तगड़ा, उन्हां दी जिथे भैण जाई सी बबरपुर वो भी परिवार बहुत वड्डा। ये मेरे दसण दा भाव कि रिश्तेदारी इन्नियां ज़्यादा ने कि आपां गिण नहीं सकते। आज जो सारा इकट्ठ है, इस तों ये सबूत हुंदा कि सरदार साधु सिंह जी ने समाज दे विच अपनी थां बनाई सी। अज उन्हों का कुछ परिवार इतने बैठा है, अद्या वध परिवार बाहर प्रदेश के भी वो अपना रोटी रोजी का साधन करके अपना जीवन बसर कर रहे हैं, पर सारे आपो अपनी जगह पर बड़े सैट ने। सो मैं सरदार साधु सिंह जी अपने वालों, भारतीय किसान यूनियन राजेवाल वालों और समुची आई संगत वालों परमात्मा अगर अरदास करता कि वाहेगुरू उन्होंने अपने चरणों च निवास देण, पिछे रहिंदे परिवार को भाणा मन का बल बख्शण। उन्होंने कोई बहुती सेवा कराई ही नहीं, हरे आप तुरते फिरते सी, सो तुरते फिरते चले गए हैं। सो मैं यही कहूँगा कि सारे परिवार के वालों जिन्हिया भी समुचिया संगत तुसी आई हो, सारिया का कोटा कोट धन्यवाद किया जाता है कि तुसी उन्होंने दुख के शरीक हो के उन्होंने दुख को घटाउण आए हो। उन्हां दी निवृत्त कुछ संस्थावां वालों शोक संदेश आए ने। चौधरी पवन कुमार वर्मा जी श्री रामबाग कमेटी के जो कि प्रधान ने, श्री रामबाग कमेटी, गौशाला कमेटी, नेत्र बैंक समिति, मास्टर कृपाल सिंह जी राजोमाजरा प्रधान किसान मुक्ति मोर्चा पंजाब, ये जीना जीना वालों भी शोक संदेश आया। मैं उन्होंने धन्यवाद करता कि उन्होंने परिवार के नाल दुख साझा किया है। सो परिवार वालों सरदार साधु सिंह जी मिठी याद के कुछ सहायता आई है। गुरुद्वारा साहब भैरों मंदिर, छे मंदिर, बाबा साहबदार जी समाध, पिंड के दोवें बेड़े रंदासिया बेड़ा और बाल्मीकि सभा स्कूल, भारतीय किसान यूनियन राजेवाल, इन्हों सारे अदारों जिन्हों ने दसवंध कटते हुए सहायता भेजी है, मैं सारे ही अदारों के प्रबंधकों वालों इन्हों का कोटार कोट धन्यवाद करता कि इन्होंने अपनी दसा नुहान की किरत तबाही सबरी की है। सो अखीर फिर समुचिया आई संगत का परिवार वालों कोटार कोट धन्यवाद। परिवार वालों अपने जो नेड़े डेरा चढ़ती कला है उतों के महापुरश आए हैं और शायद फरवाही तो भी महापुरश आए होने, उन्होंने
ਸਤਿਕਾਰ ਵਜੋਂ ਸਨਮਾਨ ਕਰਨਾ ਮੈਂ ਮਾਸਟਰ ਜੀ ਨੂੰ ਬੇਨਤੀ ਕਰੂੰ ਕਿ ਉਹ ਮਹਾਂਪੁਰਸ਼ਾਂ ਦਾ ਸਨਮਾਨ ਕਰ ਵਾਰ ਵੱਲੋਂ ਬੋਲੇ ਸੋਨਿਆ ਚਾਹੁੰਦਾ ਕਿ ਭਾਰਤੀ ਕਿਸਾਨ ਯੂਨੀਅਨਾਂ ਜੋ ਕਿ ਦੇਸ਼ ਭਰ ਦੀਆਂ ਨੇ ਉਹਨਾਂ ਵੱਲੋਂ ਕਟਾਰੇ ਦਾ ਰੇਟ ਨਹੀਂ ਵੱਧਦਾ, ਸਾਡੀ ਜਿਣਸਾਂ ਦੇ ਰੇਟ ਨਹੀਂ ਵੱਧ ਰਹੇ। ਲੋਕ ਸਭਾ ਦੀਆਂ ਚੋਣਾਂ ਵੇਲੇ ਜਿਹੜੀ ਭਾਜਪਾ ਪਾਰਟੀ ਸੀ ਉਹਨਾਂ ਨੇ ਆਪਣੇ ਨਾਲ ਇੱਕ ਵਾਅਦਾ ਕੀਤਾ ਕਿ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਵਾਂਗੇ ਜੇ ਸਾਡੀ ਸਰਕਾਰ ਬਣ ਗਈ। ਤੁਸੀਂ ਉਹਨਾਂ ਦੀ ਸਰਕਾਰ ਬਣਾ ਦਿੱਤੀ ਪਰ ਉਹ ਇਸ ਆਪਣੇ ਵਾਅਦੇ ਤੋਂ ਭੱਜ ਗਏ। ਉਲਟਾ ਅਦਾਲਤ ਦੇ ਵਿੱਚ ਉਹਨਾਂ ਨੇ ਹਲਫੀਆ ਬਿਆਨ ਵੀ ਦੇ ਦਿੱਤਾ। ਬਾਬਾ ਦੀਨ ਦਿਆਲ ਕਾਂਗਰਸ ਪਾਰਟੀ ਦੀ ਇਹਨਾਂ ਨੇ ਵੀ ਤੁਹਾਡੇ ਕਰਜ਼ੇ ਮਾਫ਼ ਕਰਨ ਦਾ ਵਾਅਦਾ ਕੀਤਾ ਸੀ, ਉਹ ਵੀ ਬਹੁਤ ਘੱਟ ਹੋਏ ਨੇ। ਸਾਡੀ ਤੀਸਰੀ ਮੰਗ ਨਾਲ ਇਹ ਹੈ ਕਿ ਜਿਸ ਤਰ੍ਹਾਂ ਚੌਥੇ ਦਰਜੇ ਦੇ ਮੁਲਾਜ਼ਮ ਦੀ ਤਕਰੀਬਨ 30,000 ਰੁਪਇਆ ਤਨਖਾਹ ਮਹੀਨਾ ਹੁੰਦੀ ਹੈ, ਇਸ ਦੇ ਬਰਾਬਰ ਦੀ ਤਨਖਾਹ ਛੋਟੇ ਪਰਿਵਾਰ ਨੂੰ ਦੇਣ ਦਾ ਪ੍ਰਬੰਧ ਸਰਕਾਰ ਕਰੇ, ਇਹ ਇਹਦੀ ਯਕੀਨੀ ਬਣਾਵੇ ਕਿ ਸਰਕਾਰ ਜਿਹੜਾ ਡਿਫਰੈਂਸ਼ਲ ਵਿੱਚ ਰਕਮ ਰਹਿੰਦੀ ਹੈ ਉਹ ਸਰਕਾਰ ਪੂਰਾ ਕਰੇ ਕਿਸੇ ਵੀ ਢੰਗ ਨਾਲ ਕਰੇ। ਇਹ ਲੜਾਈ ਲੜਨ ਵਾਸਤੇ ਹਿੰਦੁਸਤਾਨ ਭਰ ਦੀਆਂ ਜ਼ਿਆਦਾਤਰ ਜਥੇਬੰਦੀਆਂ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ 1 ਜੂਨ ਤੋਂ ਲੈ ਕੇ 10 ਜੂਨ ਤੱਕ ਆਪਾਂ ਨੇ ਨਾ ਬਾਜ਼ਾਰ ਵਿੱਚ ਕੁਝ ਵੇਚਣ ਜਾਣਾ ਨਾ ਕੁਝ ਲੈਣ ਜਾਣਾ, ਇਹ 10 ਦਿਨਾਂ ਵਾਸਤੇ ਹੈ। ਬੇਸ਼ੱਕ ਅਸੀਂ ਇਹ ਲੜਾਈ ਵਿੱਢ ਲਈ ਹੈ ਪਰ ਤੁਹਾਡੇ ਸਹਿਯੋਗ ਦੇ ਨਾਲ ਇਹ ਕਾਮਯਾਬ ਹੋਣੀ ਹੈ। ਮੈਂ ਤੁਹਾਨੂੰ ਸਾਰੀਆਂ ਵਾਲੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ 10 ਦਿਨਾਂ ਦਾ ਸੌਦਾ ਪਹਿਲਾਂ ਲੈ ਆਓ ਔਰ ਉਹਨਾਂ 10 ਦਿਨਾਂ ਦੇ ਵਿੱਚ ਆਪਾਂ ਨੇ ਬਾਜ਼ਾਰ ਦੇ ਵਿੱਚ ਦੁੱਧ ਨਹੀਂ ਵੇਚਣ ਜਾਣਾ, ਹਰਾ ਚਾਰਾ ਨਹੀਂ ਲੈ ਕੇ ਜਾਣਾ, ਸਬਜ਼ੀ ਨਹੀਂ ਲੈ ਕੇ ਜਾਣੀ। ਇਹ ਜਿਹੜਾ ਸੰਘਰਸ਼ ਹੈ ਤਾਂ ਕਾਮਯਾਬ ਹੋਊਗਾ ਜੇ ਤੁਸੀਂ ਇਹਦੇ ਵਿੱਚ ਸਹਿਯੋਗ ਦਿਓਗੇ। ਸੋ ਮੈਂ ਫਿਰ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਜਿੱਥੇ ਵੀ ਤੁਸੀਂ ਗੱਲ ਕਰੋ ਇਹ ਗੱਲ ਕਰੋ, ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਸਾਰੇ ਹੀ ਸੂਬਿਆਂ ਦੀ ਆਪਣੀ ਆਪਣੀ ਭਾਸ਼ਾ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਪੋਸਟ ਚੱਲ ਰਹੀ ਆ ਸੋਸ਼ਲ ਮੀਡੀਆ 'ਤੇ। ਜਿਹੜੇ ਨਵੇਂ ਬੱਚੇ ਨੇ ਉਹਨਾਂ ਤੋਂ ਤੁਸੀਂ ਪੁੱਛੋ, ਤੁਹਾਨੂੰ ਦੱਸਣਗੇ। ਮੈਂ ਫਿਰ ਨਿਮਰਤਾ ਸਾਹਿਬ ਬੇਨਤੀ ਕਰਦਾ ਕਿ ਅਸੀਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜੋ ਧੂਰੀ ਬਲਾਕ ਦੀ ਟੀਮ ਹੈ ਆਪਣੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ 2-4 ਦਿਨਾਂ ਦੇ ਵਿੱਚ ਇਸ਼ਤਿਹਾਰ ਵੰਡਾਂਗੇ, ਪ੍ਰਚਾਰ ਵੀ ਕਰਾਂਗੇ ਔਰ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਪੈਣੀ ਹੈ। ਮੈਨੂੰ ਪੂਰਨ ਉਮੀਦ ਹੈ ਕਿ ਜਿਹੜੇ ਤੁਸੀਂ ਸੂਝਵਾਨ ਇਸ ਗੱਲ ਨੂੰ ਸਮਝਦੇ ਹੋ ਕਿ ਜੇ ਅਸੀਂ ਸਰਕਾਰ ਨਾਲ ਕੁਝ ਰੋਸਾ ਜ਼ਾਹਰ ਕਰਾਂਗੇ ਤਾਂ ਹੀ ਸਾਨੂੰ ਕੁਝ ਪ੍ਰਾਪਤ ਹੋਵੇਗਾ। ਅਸੀਂ ਤੁਹਾਡੇ ਤੋਂ ਰੋਸ ਹੀ ਕਰਾਉਣਾ, ਆਪਣੇ ਘਰੇ ਬੈਠਣਾ, ਦਾਦਰ ਕਿਤੇ ਨਹੀਂ ਜਾਣਾ। ਮੈਨੂੰ ਉਮੀਦ ਹੈ ਕਿ ਤੁਸੀਂ ਜ਼ਰੂਰ ਸਾਡੀ ਇਸ ਬੇਨਤੀ ਨੂੰ ਮੰਨਦੇ ਹੋਏ ਜਥੇਬੰਦੀ ਨਾਲ ਸੰਘਰਸ਼ ਲੜਨ ਦੇ ਵਿੱਚ ਸਾਥ ਦਿਓਗੇ, ਇਹ ਮੈਨੂੰ ਪੂਰਨ ਉਮੀਦ ਹੈ।